ਸਾਸਰ ਕਾਲਵੀਰ ਜੀ ਸਾਰਿਆਂ ਨੂੰ ਜੋ ਆਪਣਾ ਚੈਨਲ ਦੇਖ ਰਹੇ ਖਾਲਸਾ ਲੋਕ ਜੋ ਵੀਰੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਦੇ ਨੇ ਵੀਰ ਜੀ ਵੀਡੀਓ ਨੂੰ ਸ਼ੇਅਰ ਕਰਨਾ ਆਪਾਂ ਅੱਜ ਗੱਲ ਕਰ ਰਹੇ ਹਾਂ ਵੀਰ ਜੀ ਜੋ ਸਕਰੀਨ ਤੇ ਇਸ ਟਾਈਮ ਵੀਡੀਓ ਚੱਲ ਰਹੀ ਹੈ YouTube Instagram ਸਭ ਜਗ੍ਹਾ ਬਹੁਤ ਵਾਇਰਲ ਹੋ ਰਹੀ ਹੈ ਵੀਰ ਜੀ ਇਹ ਕਿਉਂ ਵਾਇਰਲ ਹੋ ਰਹੀ ਹੈ ਕਿਉਂਕਿ ਇਹ ਨਾ ਜੋ ਸਿੱਧੂ ਮੂਸੇਵਾਲਾ ਆਪਣਾ ਬਾਈਸ ਹੁੰਦੇ ਮਾਤਾ ਪਿਤਾ ਇੱਕ ਸਮੇਲਨ ਚ ਗਏ ਸੀ ਤੇ ਇਹਨਾਂ ਉੱਤੇ ਦੇਖਿਆ ਇੱਕ ਪੀੜ ਦੇ ਵਿੱਚ ਨਾ ਇੱਕ ਇਪਾਈ ਹਜ ਵਿਚਾਰਾ ਜੋ ਸਹੀ ਤਰ੍ਹਾਂ ਬੋਲ ਵੀ ਨਹੀਂ ਸਕਦਾ ਨਾ ਸੁਣ ਵੀ ਨਹੀਂ ਸਕਦਾ ਵਿਚਾਰਾ ਉਹ ਉੱਚੀ ਉੱਚੀ ਬਾਈ ਦੇ ਨਾਰੇ ਲਾ ਰਿਹਾ ਸੀ ਜੈ ਸਿੱਧੂ ਮੂਸੇਵਾਲੇ ਦੀ ਤਾਂ ਇਹ ਸਭ ਕੁਝ ਦੇਖ ਕੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਸਰਦਾਰ ਬਲਕੌਰ ਸਿੰਘ ਜੀ ਤੇ ਮਾਤਾ ਜੀ ਬਾਉ ਕੋ ਉਠੇ ਤੇ ਵਿਚਾਰੇ ਸਟੇਜ ਦੇ ਉੱਤੇ ਰੋਣ ਲੱਗ ਪਏ ਨਾ ਤਾਂ ਕਿਉਂਕਿ ਇਸ ਪਿਛੇ ਪਤਾ ਲੱਗਦਾ ਵੀਰ ਜੀ ਦੀ ਬਾਈ ਨੇ ਕੀ ਕਮਾਇਆ ਦੁਨੀਆ 'ਚ ਹੈ ਨਾ ਸਿਰਫ ਪੈਸਾ ਨਹੀਂ ਕਮਾਈ ਹੁੰਦੀ ਵੀਰੋ ਇੱਕ ਇੱਜ਼ਤ ਵੀ ਹੁੰਦੀ ਐ ਦੇ ਕੋ ਛੋਟੇ ਛੋਟੇ ਬੱਚੇ ਜਿਹਨੂੰ ਕੀ ਪਤਾ ਯਾਰ ਇਹਨੋਂ ਬਈ ਕੀ ਬਾਈ ਨਾਲ ਹੋਇਆ ਕੀ ਨਹੀਂ ਹੋਇਆ ਜਿਹਨੂੰ ਰੱਬ ਨੇ ਵੀ ਉਤੋਂ ਥੋੜਾ ਇਸ ਤਰੀਕੇ ਨਾਲ ਹੀ ਬਣਾ ਰੱਖਿਆ ਵੇ ਪਰ ਇਹ ਚੀਜ਼ਾਂ ਦੇਖ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਤੇ ਮਾਤਾ ਜੀ ਭਾਵ ਕੋ ਉਠੇ ਤੇ ਉਸ ਬੱਚੇ ਨੂੰ ਸਟੇਜ ਤੇ ਬੁਲਾਇਆ ਗਿਆ ਤੇ ਉਹ ਬੱਚੇ ਨੂੰ ਸਟੇਜ ਤੇ ਆਉਂਦੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕਾਰ ਬਲਕੌਰ ਸਿੰਘ ਨੇ ਆਪਣੇ ਗੱਲ ਨਾਲ ਲਾ ਲਿਆ ਤੇ ਇੱਕ ਐਲਾਨ ਕਰਤਾ ਵੱਡਾ ਕਿ ਮੈਂ ਤੈਨੂੰ ਹੁਣ ਗੋਦ ਲਵਾਵਾਂਗਾ ਤੂੰ ਮੇਰੇ ਕੋਲ ਰਹਿਣਾ ਤੇਰੀ ਪਰਵਰਿਸ਼ ਹੁਣ ਮੈਂ ਕਰਨੀ ਹੈ ਇਹ ਵੱਡਾ ਐਲਾਨ ਆਪਣੇ ਸਿੱਧੂ ਮਸੂਏ ਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਜੀ ਵੱਲੋਂ ਕੀਤਾ ਗਿਆ ਨਾ ਬਾਕੀ ਦੇਖੋ ਕਮਾਲ ਹੈ ਨਾ ਵੀਰ ਜੀ ਹੈ ਨਾ ਹੁਣ ਸਿੱਧੂ ਮਸੂਏ ਵਾਲੇ ਦੇ ਬਾਈ ਜੀ ਦੇ ਮਾਤਾ ਪਿਤਾ ਦੇਖ ਲਓ ਵਿਚਾਰੇ ਕਿਵੇਂ ਤੁਰੇ ਫਿਰਦੇ ਆ ਨਾ ਹੁਣ ਪਤਾ ਦੇਖੋ ਰਹਿ ਕੁਝ ਨਹੀਂ ਗਿਆ ਕੰਦਾ ਵਿਖਾਣ ਨੂੰ ਹੁੰਦੀ ਆ ਨਾ ਘਰ ਵਿਖਾਣ ਨੂੰ ਹੁੰਦਾ ਦਾ ਬੰਦਾ ਕਿਤੇ ਜਾ ਸਕਦਾ ਨਹੀਂ ਚਾਤਰਾ ਸੌਂ ਨਹੀਂ ਸਕਦਾ ਹੈਨਾ ਬਹੁਤ ਹੀ ਮਾੜੇ ਹਾਲਾਤਾਂ ਵੀਰ ਜੀ ਰੱਬ ਨੇ ਐਸੀ ਮਾਰ ਮਾਰ ਕੀਤੀ ਲਾਲੋ ਪਿਤਾ ਤੇ ਮਾਤਾ ਨੂੰ ਕਿਉਂਕਿ ਬੱਚੇ ਪਾਲ ਲੈ ਸੋਕੇ ਨਹੀਂ ਵੀਰ ਜੀ ਛੋਟੇ ਛੋਟੇ ਬੱਚੇ ਨੂੰ ਪਾਲ ਕੇ ਏਡਾ ਵੱਡਾ ਕਰਨਾ ਤੇ ਲਾਸਟ ਦੇ ਵਿੱਚ ਜਦੋਂ ਪੇਡਾ ਵੱਡਾ ਹੋ ਜਾਏ ਤੇ ਕੋਈ ਉਹਨੂੰ ਵੜ ਦੇ ਤੇ ਆਪਣਾ ਬੱਚਾ ਆਪਣੇ ਤੋਂ ਦੂਰ ਹੋ ਜੇ ਇਹ ਗਮ ਸਿਰਫ ਉਹ ਹੀ ਜਾਣ ਸਕਦਾ ਜਿਸ ਦੇ ਬੱਚਾ ਕਦੇ ਦੂਰ ਹੋਇਆ ਹੋਵੇ ਹੈਨਾ ਕਿ ਆਪਾਂ ਆਪਾਂ ਦੇਖ ਲਓ ਆਪਾਂ ਜਿਸ ਜਿਸ ਨੂੰ ਵੀ ਸਭ ਤੋਂ ਜ਼ਿਆਦਾ ਪਿਆਰ ਕਰਨਿਆ ਜੇ ਆਪਣੇ ਕੋਲੋ ਚੀਜ਼ ਖੋਲੀ ਜਾਏ ਤੇ ਆਪ ਨੂੰ ਕਿਵੇਂ ਲੱਗਦਾ ਤੇ ਇਹਨਾਂ ਕੋਲ ਦਾ ਵੀਰੋ ਦੁਨੀਆ ਇਹ ਜੜਗੀ ਇਹਨਾਂ ਦੀ ਦੁਨੀਆ ਹੀ ਖੋਲੀ ਹੈ ਦੱਸ ਐਸਾ ਕੀ ਮਾੜਾ ਕਰਮ ਕਰਿਆ ਸੀ ਵੀਰ ਚੈਰਿਆ ਨੇ ਤਾਂ ਇਸ ਕਰਕੇ ਆਪਾਂ ਤੇ ਰੱਬ ਦੇ ਅੱਗੇ ਇਹ ਅਰਦਾਸ ਕਰਨਿਆ ਆਪਣੇ ਵੀਰ ਜੀ ਨੂੰ ਸ਼ਾਂਤੀ ਬਖਸ਼ਣ ਤੇ ਜੋ ਵੀਰ ਜੀ ਜਿਹੜੇ ਸਿੱਧੂ ਮੂਸੇਵਾਲੇ ਵੀਰ ਜੀ ਦੇ ਮਾਤਾ ਪਿਤਾ ਜੋ ਸਰਦਾਰ ਬਲਕੌਰ ਸਿੰਘ ਜੀ ਤੇ ਮਾਤਾ ਜੀ ਨੇ ਉਹਨਾਂ ਨੂੰ ਹਿੰਮਤ ਬਖਸ਼ਣ ਐ ਦੁਨੀਆ 'ਚ ਚੱਲਣ ਦੀ ਹੌਸਲਾ ਦੇਣ ਠੀਕ ਹੈ ਨਾ ਰੱਬ ਉਹਨਾਂ ਦਾ ਹੱਥ ਫੜੇ ਤੇ ਉਹਨਾਂ ਨੂੰ ਅੱਗੇ ਅੱਗੇ ਤੋਂ ਅੱਗੇ ਵਧਾਈ ਚੱਲਿਆ ਨਾ ਕਿਉਂਕਿ ਬੜਾ ਔਖਾ ਜਾਂਦਾ ਵੀਰ ਜੀ ਇਕੱਲੇ ਰਹਿਣਾ ਇਹ ਕਿੱਡਾ ਵਧੀਆ ਮੁੰਡਾ ਹੀਰਾ ਹੀਰਾ ਮੁੰਡਾ ਆਪਣੇ ਤੋਂ ਦੂਰ ਹੋ ਜੇ ਨਾ ਤਾਂ ਬੜਾ ਔਖਾ ਹੋ ਜਾਂਦਾ ਐ ਦੁਨੀਆ 'ਤੇ ਰਹਿਣਾ ਹੌਣ ਸਰਦਾਰ ਬਲਕੌਰ ਸਿੰਘ ਜੀ ਲੋਕਾਂ ਦੇ ਅੱਗੇ ਹੱਸਦੇ ਜਰੂਰ ਨੇ ਪਰ ਉਸ ਹਸੀ ਦੇ ਪਿੱਛੇ ਕਿੱਡਾ ਵੱਡਾ ਦੁੱਖ ਹੈ ਤੁਸੀਂ ਨਹੀਂ ਆਪ ਕੋਈ ਵੀ ਨਹੀਂ ਜਾਣ ਸਕਦੇ ਨਾ ਉਸ ਦਿਲ ਦੇ ਵਿੱਚ ਕਿੰਨਾ ਦੁੱਖ ਹੈ ਨਾ ਇਹ ਕੋਈ ਵੀ ਨਹੀਂ ਦੇਖ ਸਕਦਾ ਇਸ ਕਰਕੇ ਆਪਾਂ ਸਾਰੇ ਰੱਬ ਨੂੰ ਪ੍ਰਾਰਥਨਾ ਕਰਨੀ ਹੈ ਜੀ ਕਿ ਆਪਣੇ ਅੰਕਲ ਜੀ ਹੋਰਾਂ ਤੇ ਆਂਟੀ ਹੋਰਾਂ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਜੀ ਖੁਸ਼ ਰੱਖਣਾ ਵਿਚਾਰਿਆਂ ਨੂੰ ਠੀਕ ਹੈ ਨਾ ਜੀ ਆਪਾਂ ਤਾਂ ਦੇਖ ਕੇ ਮੈਨੂੰ ਸੱਚੀ ਬਹੁਤ ਹੀ ਰੋਣਾ ਆ ਜਾਂਦਾ ਨਾ ਕਿ ਦੇਖੋ ਵਿਚਾਰੇ ਕਿਵੇਂ ਚੱਲ ਰਿਹਾ ਨਾ ਇਹ ਬੇਟਾ ਹੁੰਦਾ ਸੀ ਚਾਈ ਚਾਈ ਹੁੰਦੀ ਸੀ ਸਾਰੇ ਘਰ ਦੇ ਵਿੱਚ ਤੇ ਹੁਣ ਤਾਂ ਕੁਝ ਵੀ ਨਹੀਂ ਰਿਹਾ ਹੁਣ ਬੇਟਾ ਚਲ ਗਿਆ ਕੋਠੀ ਬਣ ਗਈ ਕੋਠੀ ਵਿੱਚ ਰਹਿਣ ਵਾਲਾ ਕੋਈ ਨਹੀਂ ਕੋਈ ਪੈਸਾ ਹੈਗਾ ਪੈਸੇ ਨੂੰ ਯੂਜ਼ ਕਰਨ ਵਾਲਾ ਕੋਈ ਨਹੀਂ ਕੋਈ ਤਾਂ ਬਹੁਤ ਹੀ ਗਲਤ ਹੋਇਆ ਵੀਰ ਜੀ ਜੋ ਵੀ ਵੀਰੋ ਇਸ ਵੀਡੀਓ ਨੂੰ ਦੇਖ ਰਹੇ ਹੋ ਸਭ ਤੋਂ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ ਕਮੈਂਟ ਕਰੋ ਤੇ ਲਾਈਕ ਕਰੋ ਵੀਰ ਜੀ ਤੇ ਤੁਸੀਂ ਸਿੱਧੂ ਮੂਸੇਵਾਲੇ ਵੀਰ ਜ ਨੂੰ ਜੇ ਜੀ ਤੁਸੀਂ ਪਸੰਦ ਕਰਦੇ ਹੋ ਤਾਂ ਕਮੈਂਟ ਚ ਇੱਕ ਵਾਰ ਜ਼ਰੂਰ ਲਿਖਣਾ ਆਰ ਆਈ ਪੀ ਲਿਖ ਦੇਣਾ ਵੀਰ ਜੀ ਜਾਂ ਸਤਨਾਮ ਵਾਹਿਗੁਰੂ ਜ਼ਰੂਰ ਲਿਖਣਾ ਜੀ ਤੇ ਮੈਨੂੰ ਤਾਂ ਸਰਕਾਰਾਂ ਤੋਂ ਵੀ ਹੈ ਵੇ ਕਿਉਂ ਇਨਸਾਫ ਕਿਉਂ ਨਹੀਂ ਦਵਾਉਂਦੀਆਂ ਹੈ ਨਾ ਸਾਰਿਆਂ ਨੂੰ ਪਤਾ ਬਾਈ ਕਿੰਨੇ ਮਾਰਿਆ ਕਿਉਂ ਮਾਰਿਆ ਕਿੱਥੇ ਮਾਰਿਆ ਨਾ ਫਿਰ ਵੀ ਅਜ ਕੇਸ ਹੀ ਚੱਲ ਰਿਹਾ ਹੈ ਠੀਕ ਹੈ ਨਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੱਲਾ ਕੱਲਾ ਪੁੱਤ ਚੱਲ ਗਿਆ ਵਿਚਾਰਿਆਂ ਦਾ ਕਿ ਇਨਸਾਫ ਤਾਂ ਦਵਾ ਦੀਏ ਥੋੜੀ ਜਿਹਾ ਉਹਨਾਂ ਦੇ ਦਿਲ ਨੂੰ ਸ਼ਾਂਤੀ ਤਾਂ ਮਿਲੇ ਠੀਕ ਹੈ ਨਾ ਆਪਾਂ ਕੀ ਕਹਿ ਸਕਦੇ ਨੇ ਜਸਟਿਸ ਫੌਰ ਸਿੱਧੂ ਮੂਸੇਵਾਲਾ ਹੈ ਨਾ ਇਨਸਾਫ ਦਿਓ ਮੈਂ ਗੁਜਾਰਿਸ਼ ਕਰਾਂਗਾ ਸਾਡੀ ਸਰਕਾਰਾਂ ਤੋਂ ਸਾਡੀ ਕਾਨੂੰਨ ਵਿਵਸਥਾ ਤੋਂ ਕਿ ਸਿੱਧੂ ਮੂਸੇਵਾਲੇ ਵੀਰ ਜੀ ਦੇ ਕਾਤਲਾਂ ਨੂੰ ਅੰਦਰ ਕਰਨ ਇਨਸਾਫ ਦੇਣ ਤਾਂ ਕਿ ਜੋ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਨੂੰ ਉਹਨਾਂ ਨੂੰ ਸ਼ਾਂਤੀ ਮਿਲ ਸਕੇ ਕਿ ਹਾਂ ਜਿਨ੍ਹਾਂ ਨੇ ਗਲਤ ਕੰਮ ਕਰਿਆ ਮੇਰੇ ਮੁੰਡੇ ਨਾਲ ਅੱਜ ਉਹ ਆਪਣੀ ਸਜ਼ਾ ਭੁਗਤ ਰਹੇ ਨੇ ਯਾਨ ਨੂੰ ਮਤਲਬ ਜੋ ਉਹਨਾਂ ਦੀ ਗਲਤੀ ਸੀ ਉਸ ਦੀ ਸਜ਼ਾ ਮਿਲੇਗੀ ਠੀਕ ਹੈ ਨਾ ਕੋਣ ਕੋਣ ਸਹਿਮਤ ਹੈ ਵੀਰ ਜੀ ਮੇਰੀ ਇਸ ਵੀਡੀਓ ਤੋਂ ਮੇਰੇ ਇਸ ਬੋਲਾਂ ਤੋਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਵੀਰ ਜੀ